ਇਹ ਤੁਹਾਡੇ ਸਾਹਮਣੇ ਦਰਦਨਾਕ ਤਸਵੀਰਾਂ ਪਟਿਆਲਾ ਦੇ ਮੁੱਖ ਬੱਸ ਅੱਡੇ ਦੇ ਕੋਲ ਦੀਆਂ ਨੇ, ਜਿੱਥੇ ਆ ਸਾਹਮਣੇ ਤਸਵੀਰਾਂ 'ਚ ਇੱਕ ਬਜ਼ੁਰਗ ਔਰਤ ਦੀ ਲਾਸ਼ ਪਈ ਹੈ, ਜਿਸ ਨੂੰ PRTC ਦੀ ਇਸ ਬੱਸ ਨੇ ਸੜਕ ਪਾਰ ਕਰਦੇ ਸਮੇਂ ਬੁਰੀ ਤਰ੍ਹਾਂ ਕੁਚਲ ਦਿੱਤਾ। ਲਹੂ ਲੁਹਾਨ ਹੋਈ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਕਰੀਬ 70 ਸਾਲ ਦੀ ਉਮਰ ਦੀ ਇਸ ਬਜ਼ੁਰਗ ਮਹਿਲਾ ਨੇ ਉੱਥੇ ਜਾ ਕੇ ਦਮ ਤੋੜ ਦਿੱਤਾ। ਇਸ ਹਾਦਸੇ ਦੇ ਤੁਰੰਤ ਬਾਅਦ ਜਦੋਂ ਲੋਕਾਂ ਨੇ ਰੌਲਾ ਪਾਇਆ ਤਾਂ ਬੱਸ ਚਾਲਕ ਅਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚ ਮਹਿਲਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। PRTC ਦੀ ਵਾਸੀ ਜੀ, ਇਹ ਜਲੰਧਰ ਨੂੰ ਚੱਲੀ ਸੀ 8:31 ਤੋਂ ਪਟਿਆਲੇ, ਅਜੇ ਚੱਲਣ ਲੱਗੀ ਸੀ, ਥੋੜ੍ਹੀ ਬਾਹਰ ਨਿਕਲੀ ਸੀ ਅਤੇ ਨਾਲ ਇੱਕ ਬਜ਼ੁਰਗ ਔਰਤ ਹੈ ਅਨਨੋਨ, ਉਹਦੇ ਬੈਗ ਪਿਛਲੇ ਟਾਇਰ ਦੇ ਨੀਚੇ ਆ ਗਏ। ਪੈਦਲ ਹੀ ਸੀ ਜੀ, ਨਹੀਂ ਇਹਦਾ ਕੁਛ ਨਹੀਂ ਪਤਾ ਲੱਗ ਰਿਹਾ, ਨਾ ਤਾਂ ਉਹਦੇ ਕੋਲ ਪਰੂਫ ਨਿਕਲਿਆ ਜੀ, ਬਾਕੀ ਜੇ ਚਾਬੀ ਆ ਜੀ, ਇੱਕ ਵਾਰੀ ਦੇਖਦੇ ਹਾਂ ਜੋ ਵੀ ਹੁੰਦਾ। ਹਾਂਜੀ, ਸੜਕ 'ਤੇ ਕਿਸੇ ਵੱਲੋਂ ਵਰਤੀ ਜ਼ਰਾ ਜੀ ਅਣਗਹਿਲੀ ਅਤੇ ਇਸ ਮਹਿਲਾ ਨੂੰ ਆਪਣੀ ਜਾਨ ਗਵਾਉਣੀ ਪੈ ਗਈ। ਅਜਿਹੀ ਦੁਰਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਸੀ। ਕਾਬਲੇ ਗੌਰ ਹੈ ਕਿ PRTC ਦੇ ਡਰਾਈਵਰਾਂ ਦੀਆਂ ਪਹਿਲਾਂ ਵੀ ਅਜਿਹੀਆਂ ਕਈ ਸ਼ਿਕਾਇਤਾਂ ਸਾਹਮਣੇ ਆ ਚੁੱਕੀਆਂ ਨੇ। ਪਟਿਆਲਾ ਤੋਂ ਰਾਵਰਿੰਦਰ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ? ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡ ਸਰਵਿਸਿਜ਼ ਨੂੰ 92563 92563 'ਤੇ।